ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ 1000 ਰੁਪਏ ਦਾ ਜਿਹੜਾ ਐਲਾਨ ਆ ਔਰਤਾਂ ਵਾਸਤੇ ਕੀਤਾ ਆ, ਕੀ ਮੈਮ ਗਲਤ ਲੱਗੇ ਜੀ ਉਹਦੇ ਵਿੱਚ? ਗਲਤ ਕੀ, ਬਿਲਕੁਲ ਹੀ ਗਲਤ ਹੈ। ਔਰਤ ਦੀ ਡਿਗਨਿਟੀ, ਉਹਦਾ ਸਵਾਭਿਮਾਨ, ਉਹਦੀ ਰਿਸਪੈਕਟ, ਉਹਦੀ ਐਮਪਾਵਰਮੈਂਟ ਦੀ ਕੀ ਆਖਿਆ ਜਾ ਰਿਹਾ 1000 ਰੁਪਏ ਦਾ, ਬਹੁਤ ਗਲਤ ਹੈ। ਨਹੀਂ ਚਾਹੀਦਾ 1000 ਰੁਪਿਆ, 1.25 ਕਰੋੜ ਔਰਤਾਂ ਦਾ ਵੋਟ ਹੈ, ਕਿਆ 1000 ਰੁਪਿਆ ਡਿਸਾਈਡ ਕਰੇਗਾ? ਪਰ ਹਰੇਕ ਪੋਲੀਟੀਕਲ ਪਾਰਟੀ ਸਿਰਫ ਕਹਿੰਦੀ ਕਿ ਬਿਜਲੀ ਸਸਤੀ ਕਰਤੀ, ਪੈਟਰੋਲ ਸਸਤਾ ਕਰਤਾ ਜੀ, 1000 ਰੁਪਏ ਦੇ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇ ਦੇਵਾਂਗੇ, ਇਸ ਤਰ੍ਹਾਂ ਦੇ ਸਵਾਲ ਜਿਹੜੇ ਫਾਇਦੇ ਕਿਉਂ ਹੀ ਦਿੱਤੇ ਜਾਂਦੇ ਆ, ਕਿਉਂ ਨਹੀਂ ਕੋਈ ਬੜੇ ਕਦਮ ਜਿਹੜੇ ਆ ਸਾਡੇ ਲੋਕਾਂ ਲਈ ਚੱਕੇ ਜਾਂਦੇ? ਜਿਨ੍ਹਾਂ ਦਾ ਬਿੱਲ 300, 400, 500 ਰੁਪਏ ਤੱਕ ਬਿੱਲ ਆਉਂਦਾ, ਦਿੱਲੀ ਜਾਂਦਾ ਹੋਏਗਾ ਉਹਨਾਂ ਦਾ ਬਿੱਲ, ਉਹਨਾਂ ਨੂੰ ਜੀਰੋ ਬਿੱਲ ਉਹਨਾਂ ਦਾ ਹੀ ਆ ਰਿਹਾ ਹੋਏਗਾ। ਇਹ ਸਿਰਫ ਇੱਕ ਜੁਮਲਾ ਹੈ ਪੋਲੀਟੀਕਲ ਪਾਰਟੀ ਦਾ, ਸਿਰਫ ਇੱਕ ਲੁਭਾਉਣ ਵਾਸਤੇ ਜੁਮਲਾ ਹੈ। ਆਂਕੜੇ ਅੱਗੇ ਰੱਖ ਕੇ ਗੱਲ ਕਰੋ, ਦਿੱਲੀ ਦੇ ਨਾਲ ਪੰਜਾਬ ਨੂੰ ਕੰਪੇਅਰ ਨਾ ਕਰੋ। ਕੀ ਲੱਗਦਾ ਕਿਸ ਤਰ੍ਹਾਂ ਦਾ ਔਰਤਾਂ ਦਾ ਪਲੇਟਫਾਰਮ ਹੋਣਾ ਚਾਹੀਦਾ, ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ? ਅਸੀਂ ਵੀ ਇੱਕ ਏਜੰਡਾ ਤਿਆਰ ਕਰਕੇ ਰੱਖਿਆ ਹੋਇਆ ਕਿ ਔਰਤ ਕਿੱਥੇ ਸਟੈਂਡ ਕਰ ਰਹੀ ਹੈ। ਇਹ 1.25 ਕਰੋੜ ਜਿਹੜਾ ਔਰਤ ਦਾ ਵੋਟ ਹੈ, ਇਹ ਆਸਾਨੀ ਨਾਲ ਪੋਲੀਟੀਕਲ ਪਾਰਟੀਆਂ ਨੂੰ ਮਿਲਣ ਨਹੀਂ ਵਾਲਾ। ਇਹ ਪੰਜਾਬ ਸਟੇਟ ਵਿਮੈਨ ਕਮਿਸ਼ਨ ਬੜਾ ਅਗਰੈਸਿਵ ਹੋ ਕੇ ਆਉਣ ਵਾਲੇ 5 ਸਾਲ ਰੁਲਣ ਨਹੀਂ ਦੇਗਾ ਆਪਣੀ ਜਨਾਨੀਆਂ ਦੇ। ਆਪਾਂ ਆਪਣੀ ਧੀਆਂ ਦੇ ਆਸੂ ਪੋਚਦੇ ਹਾਂ। ਜਿੰਦਾਬਾਦ ਚੈਨਲ ਦੇਖ ਰਹੇ ਹੋ ਤੁਸੀਂ, ਮੈਂ ਅਮਨਦੀਪ ਸਿੰਘ ਗੜੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੂਹਰੇ ਆਉਣ ਵਾਲੀਆਂ ਅਤੇ ਸਿਆਸੀ ਅਖਾੜਾ ਜਿਹੜਾ ਭਖਦਾ ਜਾ ਰਿਹਾ, ਹਰੇਕ ਸਿਆਸੀ ਪਾਰਟੀ ਜਿਹੜੀ ਆ ਵਾਅਦੇ 'ਤੇ ਵਾਅਦੇ ਕਰਦੀ ਜਾ ਰਹੀ ਆ, ਪਰ ਸਭ ਤੋਂ ਵੱਡੇ ਸਵਾਲ ਜਿਹੜੇ ਉੱਠ ਰਹੇ ਆ ਕਿ ਉਹ ਵਾਅਦੇ ਜਿਹੜੇ ਆ ਲੋਕਾਂ ਨੂੰ ਖਰੀਦ ਰਹੇ ਆ, ਲੋਕਾਂ ਨੂੰ ਖਰੀਦਣ ਲਈ ਕੀਤੇ ਜਾਂਦੇ ਆ। ਸੋ ਸਾਡੇ ਨਾਲ ਮਨੀਸ਼ਾ ਗੁਲਾਟੀ ਮੈਮ ਜੁੜੇ ਹੋਏ ਆ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਮ, ਪਹਿਲਾਂ ਤਾਂ ਮੈਨੂੰ ਖੁਸ਼ੀ ਮਿਲੀ ਤੁਹਾਡੇ ਨਾਲ, ਹਨਾ, ਤੁਹਾਡੇ ਨਾਲ ਆਪਾਂ ਮਿਲ ਰਹੇ ਹਾਂ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ। ਨਹੀਂ, ਥੈਂਕ ਯੂ ਸੋ ਮਚ ਮੈਮ। ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ 1000 ਰੁਪਏ ਦਾ ਜਿਹੜਾ ਐਲਾਨ ਆ ਔਰਤਾਂ ਵਾਸਤੇ ਕੀਤਾ ਆ, ਤੁਹਾਨੂੰ ਤੁਸੀਂ ਲਾਈਵ ਵੀ ਪਾਇਆ, ਆਪਾਂ ਦੇਖ ਰਹੇ ਸੀਗੇ ਜੀ, ਹਨਾ, ਕੀ ਮੈਮ ਗਲਤ ਲੱਗਿਆ ਜੀ ਉਹਦੇ ਵਿੱਚ? ਗਲਤ ਕੀ, ਬਿਲਕੁਲ ਹੀ ਗਲਤ ਹੈ। ਔਰਤ ਦੀ ਡਿਗਨਿਟੀ, ਉਹਦਾ ਸਵਾਭਿਮਾਨ, ਉਹਦੀ ਰਿਸਪੈਕਟ, ਉਹਦੀ ਐਮਪਾਵਰਮੈਂਟ ਦੀ ਕੀ ਆਂਕਿਆ ਜਾ ਰਿਹਾ 1000 ਰੁਪਏ ਨਾਲ, ਬਹੁਤ ਗਲਤ ਹੈ। ਨਹੀਂ ਚਾਹੀਦਾ 1000 ਰੁਪਿਆ, 1.25 ਕਰੋੜ ਔਰਤਾਂ ਦਾ ਵੋਟ ਹੈ, ਕਿਆ 1000 ਰੁਪਿਆ ਡਿਸਾਈਡ ਕਰੇਗਾ? ਸਾਨੂੰ ਪੁੱਛੋ ਔਰਤ ਦਾ ਵੋਟ ਕਿੱਥੇ ਜਾਏਗਾ, ਪੰਜਾਬ ਸਟੇਟ ਵਿਮੈਨ ਕਮਿਸ਼ਨ ਦੱਸੇਗਾ ਕਿ ਔਰਤ ਦਾ ਵੋਟ ਕਿੱਥੇ ਜਾਏਗਾ। 1000 ਰੁਪਿਆ ਨਹੀਂ ਚਾਹੀਦਾ, ਉਹਨਾਂ ਨੂੰ ਗੱਲ ਕਰੋ ਕਿੱਥੇ ਦੇਖਦੇ ਹੋ, ਇੰਪਾਵਰ ਕਰੋ, ਕੀ ਰੋਜ਼ਗਾਰ ਲੈ ਕੇ ਆ ਰਹੇ ਹੋ। ਅੱਜ ਇੱਕ ਜੇ ਔਰਤ ਜਾਂ ਲੜਕੀ ਪੜ੍ਹੀ ਲਿਖੀ ਨਹੀਂ ਵੀ ਹੈਗੀ, 10 ਤੋਂ 20 ਹਜ਼ਾਰ, 50 ਹਜ਼ਾਰ ਰੁਪਏ ਤੱਕ ਔਰਤ ਘਰ ਬੈਠ ਕੇ ਕਮਾ ਸਕਦੀ ਹੈ, ਉਹਨਾਂ ਦੀ ਗੱਲ ਕਰੋ, ਰੋਜ਼ਗਾਰ ਕਿਹੜਾ ਲੈ ਕੇ ਆ ਰਹੇ ਹੋ? ਹੋਰ ਤੁਹਾਡੀ ਪਾਲਿਸੀਜ਼ ਕੀ ਨੇ? ਦਿੱਲੀ ਨਾਲ ਨਾ ਆਖੋ, ਦਿੱਲੀ ਔਰ ਪੰਜਾਬ, ਪੰਜਾਬ ਔਰ ਦਿੱਲੀ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ। ਤੁਸੀਂ ਦਿੱਲੀ 'ਚ ਦੇ ਰਹੇ ਹੋ 1000 ਰੁਪਏ ਇੱਕ ਔਰਤ ਨੂੰ, ਕਿਹਾ ਦੇ ਰਹੇ ਹੋ ਤਾਂ ਬਹੁਤ ਅੱਛਾ ਹੈ, ਉਹ ਉੱਥੇ ਤੱਕ ਰੱਖੋ। ਸਾਡੇ ਪੰਜਾਬ ਬਹੁਤ ਦਿਲਦਾਰ ਹੈ, ਬਹੁਤ ਇੱਥੇ ਰੋਜ਼ਗਾਰ ਦੀ ਜ਼ਰੂਰਤ ਹੈ। ਤੁਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹੋ, ਪੰਜਾਬ ਨੂੰ ਨਹੀਂ ਚਾਹੀਦੇ ਮੁਹੱਲਾ ਕਲੀਨਿਕ। ਸਰਕਾਰੀ ਹਸਪਤਾਲਾਂ 'ਚ ਸਾਡੇ ਜਿਹੜੇ ਡਾਕਟਰ ਬਣ ਕੇ ਬੱਚੇ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਨੌਕਰੀਆਂ 'ਤੇ ਲਾਓ। ਨਰਸਿੰਗ ਦੀ ਕੋਰਸ ਕਰਕੇ ਸਾਡੀਆਂ ਬੱਚੀਆਂ ਘਰ ਵਿਹਲੀਆਂ ਬੈਠੀਆਂ ਹੋਈਆਂ ਨੇ, ਮੇਰੇ ਕੋਲ ਰੋਜ਼ ਆ ਰਹੀਆਂ ਨੇ, ਉਹਨਾਂ ਨੂੰ ਜੋਬ ਦਿਓ। ਸਾਨੂੰ ਮੁਹੱਲਾ ਕਲੀਨਿਕ ਨਹੀਂ ਚਾਹੀਦੇ, ਬੜੇ ਅੱਛੇ ਸਰਕਾਰੀ ਹੋਸਪਿਟਲ ਇੱਥੇ ਬਣੇ ਹੋਏ ਨੇ, ਹਰ ਜ਼ਿਲ੍ਹੇ 'ਚ ਬਣੇ ਹੋਏ ਨੇ, ਨਹੀਂ ਜ਼ਰੂਰਤ ਹੈਗੀ। ਬਹੁਤ ਵਧੀਆ ਤੁਸੀਂ ਕਿਹਾ, ਜਿਵੇਂ ਰੋਜ਼ਗਾਰ ਜਿਹੜਾ ਉਹਦੀ ਗੱਲ ਹੋਣੀ ਚਾਹੀਦੀ ਆ, ਸਿਹਤ ਸਹੂਲਤਾਂ ਦੀ, ਸਿੱਖਿਆ ਸਹੂਲਤਾਂ ਦੀ ਗੱਲ ਹੋਣੀ ਚਾਹੀਦੀ ਆ, ਪਰ ਹਰੇਕ ਪੋਲੀਟੀਕਲ ਪਾਰਟੀ ਸਿਰਫ ਕਹਿੰਦੀ ਕਿ ਬਿਜਲੀ ਸਸਤੀ ਕਰਤੀ, ਪੈਟਰੋਲ ਸਸਤਾ ਕਰਤਾ ਜੀ, 1000 ਰੁਪਏ ਦੇ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇ ਦੇਵਾਂਗੇ, ਇਸ ਤਰ੍ਹਾਂ ਦੇ ਸਵਾਲ ਜਿਹੜੇ ਫਾਇਦੇ ਕਿਉਂ ਹੀ ਦਿੱਤੇ ਜਾਂਦੇ ਆ, ਕਿਉਂ ਨਹੀਂ ਕੋਈ ਬੜੇ ਕਦਮ ਜਿਹੜੇ ਆ ਸਾਡੇ ਲੋਕਾਂ ਲਈ ਚੱਕੇ ਜਾਂਦੇ? ਕੇਜਰੀਵਾਲ ਜੀ ਨੇ ਬਿਜਲੀ ਦਾ ਜੀਰੋ ਬਿੱਲ ਜਿਨ੍ਹਾਂ ਦਾ ਆ ਰਿਹਾ ਕਿ ਜੀਰੋ, ਉਹ ਕੱਲ੍ਹ ਮੈਂ ਸੁਣ ਰਹੀ ਸੀ, ਗੱਲ ਕਰ ਰਹੀ ਸੀ, ਉਹ ਜੀਰੋ ਬਿੱਲ ਕਿਹਨਾਂ ਦਾ ਆਉਂਦਾ? ਜਿਨ੍ਹਾਂ ਦਾ ਬਿੱਲ 300, 400, 500 ਰੁਪਏ ਤੱਕ ਬਿੱਲ ਆਉਂਦਾ, ਦਿੱਲੀ 'ਚ ਆਉਂਦਾ ਹੋਏਗਾ ਉਹਨਾਂ ਦਾ ਬਿੱਲ, ਉਹਨਾਂ ਨੂੰ ਜੀਰੋ ਬਿੱਲ ਉਹਨਾਂ ਦਾ ਹੀ ਆ ਰਿਹਾ ਹੋਏਗਾ। ਸਾਡੇ ਪੰਜਾਬ ਵਿੱਚ ਇੱਕ
ਆਪਾਂ ਇੱਕ ਆਮ ਆਟੋ ਡਰਾਈਵਰ ਦੀ ਵੀ ਗੱਲ ਕਰੀਏ, ਉਹਨਾਂ ਵੀ ਘਰ ਦਾ ਬਿੱਲ 3,000-4,000 ਤੋਂ ਘੱਟ ਨਹੀਂ ਆਉਂਦਾ, ਕਿਉਂਕਿ ਉਹ ਸਾਰਾ ਦਿਨ ਕੰਮ ਕਰਕੇ ਅੱਛਾ ਕਮਾ ਰਿਹਾ। ਤੁਸੀਂ ਉਹਨੂੰ ਉੱਤੇ ਲਿਗਾਉਂਦੀ ਦੱਸੋ ਰੁਜ਼ਗਾਰ ਲਈ ਕੀ ਕਰ ਰਹੇ ਹੋ। ਸਾਨੂੰ ਬਿਜਲੀ 'ਚ ਵੀ ਜ਼ੀਰੋ ਬਿੱਲ ਨਹੀਂ ਚਾਹੀਦਾ, ਸਾਨੂੰ ਮਿਨੀਮਮ ਦਰਾਂ 'ਚ ਘੱਟ ਕਰ ਰਹੀਆਂ ਨੇ ਸਰਕਾਰਾਂ, ਉਹ ਤੁਸੀਂ ਇੱਕ ਸਹੀ ਗੱਲ ਕਰੋ। ਸਾਨੂੰ ਤੁਸੀਂ ਇਹ ਨਾ ਲੁਭਾਓ ਕਿ ਆਪਾਂ ਜ਼ੀਰੋ ਬਿੱਲ ਤੁਹਾਡਾ ਲੈ ਕੇ ਆਵਾਂਗੇ, ਨਹੀਂ ਲਿਆ ਸਕਦੇ। ਤੁਸੀਂ ਪ੍ਰੈਕਟੀਕਲ ਨਹੀਂ ਹੋ, ਇਹ ਸਿਰਫ ਇੱਕ ਜੁਮਲਾ ਹੈ ਪੋਲੀਟੀਕਲ ਪਾਰਟੀ ਦਾ, ਸਿਰਫ ਇੱਕ ਲੁਭਾਉਣ ਵਾਸਤੇ ਜੁਮਲਾ ਹੈ। ਪ੍ਰੈਕਟੀਕਲ, ਤੁਸੀਂ ਪ੍ਰੈਕਟੀਕਲ ਗੱਲ ਕਰੋ, ਆਂਕੜੇ ਅੱਗੇ ਰੱਖ ਕੇ ਗੱਲ ਕਰੋ। ਦਿੱਲੀ ਦੇ ਨਾਲ ਪੰਜਾਬ ਨੂੰ ਕੰਪੇਅਰ ਨਾ ਕਰੋ। ਪੰਜਾਬ ਬਹੁਤ ਬਦਲੇਗਾ, ਪੰਜਾਬ ਜ਼ਰੂਰ, ਪਰ ਪੰਜਾਬ ਨੂੰ ਇਹ ਦਿੱਲੀ ਦੇ ਨਾਲ ਕੰਪੇਅਰ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਨਾ ਤੁਸੀਂ ਲਵਾਓ। ਮੇਰਾ ਆਖਰੀ ਸਵਾਲ ਹੈ ਸਿਰਫ, ਕੀ ਲੱਗਦਾ ਤੁਸੀਂ ਔਰਤਾਂ ਦੇ ਮਸਲੇ ਦੇਖਦੇ ਹੋ, ਕੀ ਲੱਗਦਾ ਕਿਸ ਤਰ੍ਹਾਂ ਦਾ ਔਰਤਾਂ ਦਾ ਪਲੇਟਫਾਰਮ ਹੋਣਾ ਚਾਹੀਦਾ, ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ। ਜੇ ਦੇਖਿਆ ਜਾਵੇ ਮੁਲਾਜ਼ਮ ਔਰਤਾਂ, ਜਿਨ੍ਹਾਂ ਨਰਸਿੰਗ ਵਿੱਚ, ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਦੀ ਦੇਖਭਾਲ ਕੀਤੀ, ਉਹਨਾਂ ਨੂੰ ਵੀ ਧਰਨੇ ਲਗਾ ਕੇ ਸੜਕਾਂ ਉੱਤੇ ਰੋਲਣਾ ਪੈ ਰਿਹਾ, ਬਿਲਡਿੰਗਾਂ 'ਤੇ ਚੜ੍ਹ ਕੇ ਆਤਮ ਹੱਤਿਆ ਕਰਨ ਦੀ ਜਿਹੜੀ ਧਮਕੀ ਦੇ ਕੇ ਸਰਕਾਰ ਕੋਲੋਂ ਮੰਗਾਂ ਮਨਵਾਉਣੀਆਂ ਪੈ ਰਹੀਆਂ ਜੀ। ਰੋਜ਼ ਦੇਖ ਰਹੀ ਹਾਂ ਨਾ, ਇਹੋ ਦੇਖ ਰਹੀ ਹਾਂ, ਇਸ ਇਲੈਕਸ਼ਨ ਦਾ ਮੈਨੂੰ ਵੀ ਬੜੀ ਬੇਤਾਬੀ ਨਾਲ ਇੰਤਜ਼ਾਰ ਹੈ। ਅਸੀਂ ਵੀ ਇੱਕ ਏਜੰਡਾ ਤਿਆਰ ਕਰਕੇ ਰੱਖਿਆ ਹੋਇਆ ਕਿ ਔਰਤ ਕਿੱਥੇ ਸਟੈਂਡ ਕਰ ਰਹੀ ਹੈ। ਇਹ 1.25 ਕਰੋੜ ਜਿਹੜਾ ਔਰਤ ਦਾ ਵੋਟ ਹੈ, ਇਹ ਆਸਾਨੀ ਨਾਲ ਪੋਲੀਟੀਕਲ ਪਾਰਟੀਆਂ ਨੂੰ ਮਿਲਣ ਨਹੀਂ ਵਾਲਾ। ਇਹ ਪੰਜਾਬ ਸਟੇਟ ਵਿਮੈਨ ਕਮਿਸ਼ਨ ਬੜਾ ਅਗਰੈਸਿਵ ਹੋ ਕੇ ਆਉਣ ਵਾਲੇ 5 ਸਾਲ ਰੁਲਣ ਨਹੀਂ ਦੇਗਾ ਆਪਣੀ ਜਨਾਨੀਆਂ ਦੇ। ਆਪਾਂ ਆਪਣੀ ਧੀਆਂ ਦੇ ਆਸੂ ਪੋਚਨੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇੱਕ ਮਰੀ ਹੋਈ ਕਮਿਸ਼ਨ ਨੂੰ ਪੰਜਾਬ ਵਿੱਚ ਜ਼ਿੰਦਾ ਕੀਤਾ, ਅਤੇ ਆਸਾਨੀ ਨਾਲ ਔਰਤਾਂ ਦਾ ਵੋਟ ਵਿਅਰਥ ਨਹੀਂ ਜਾਣ ਦਾਂਗੇ। ਬਹੁਤ ਬਹੁਤ ਧੰਨਵਾਦ ਮੈਮ। ਸੋ ਸਾਡੇ ਨਾਲ ਮਨੀਸ਼ਾ ਗੁਲਾਟੀ ਮੈਮ ਜੁੜੇ ਹੋਏ ਸੀ, ਗੱਲਬਾਤ ਕੀਤੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਵੀ। ਜਿਸ ਤਰ੍ਹਾਂ ਹਰੇਕ ਮਤਲਬ 5 ਸਾਲਾਂ ਬਾਅਦ ਸਿਆਸੀ ਪਾਰਟੀ ਆ ਜਾਂਦੀ ਹੈ ਅਤੇ ਉਹ ਵਾਅਦੇ ਕਰਦੀ ਆ, ਹੁਣ ਇਸੇ ਤਰ੍ਹਾਂ ਜਿਹੜਾ ਆ ਦੌਰ ਖੇਡ ਦੇ ਮੈਦਾਨ ਇੱਕ ਤਰ੍ਹਾਂ ਦਾ ਭਖਿਆ ਹੋਇਆ ਵਾ, ਅਤੇ ਹਰੇਕ ਸਿਆਸੀ ਪਾਰਟੀ ਵਾਅਦੇ ਕਰ ਰਹੀ ਹੈ, ਪਰ ਵਾਅਦੇ ਵੀ ਕਿਸ ਤਰ੍ਹਾਂ ਦੇ ਕਿ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਕੀਤਾ ਜਾ ਰਿਹਾ, ਲੋਕਾਂ ਨੂੰ ਖਰੀਦਣੇ ਦੀ ਇੱਕ ਤਰ੍ਹਾਂ ਦੀ ਗੱਲ ਹੋ ਰਹੀ ਹੈ, ਜੋ ਉਹਨਾਂ ਨੂੰ ਚਾਹੀਦੀਆਂ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਉਹਨਾਂ ਬਾਰੇ ਤਾਂ ਇੱਕ ਵਾਰੀ ਵੀ ਗੱਲ ਜਿਹੜੀ ਆ ਨਹੀਂ ਕੀਤੀ ਜਾਂਦੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ, ਕੀ ਸਰਕਾਰ ਦਾ ਜਿਹੜਾ ਰਵੱਈਆ ਦੇਖਣ ਦਾ ਰਵੱਈਆ ਜਿਹੜਾ ਔਰਤਾਂ ਪ੍ਰਤੀ ਉਹ ਬਦਲਦਾ ਜਾਂ ਨਹੀਂ ਬਦਲਦਾ ਹੈ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ, ਜ਼ਿੰਦਾਬਾਦ ਚੈਨਲ, ਚੰਡੀਗੜ੍ਹ।